ਸੈਂਟਰੀਫਿਊਗਲ ਸ਼ਕਤੀ ਤੋਂ ਇਹ ਤਜਰਬਾ ਕਰਨ ਲਈ ਤੁਹਾਨੂੰ ਇੱਕ ਗੁਬਾਰਾ, ਇੱਕ ਛੋਟਾ 6 ਭੁਜਾ ਵਾਲਾ ਨਟ ਅਤੇ ਇੱਕ ਸਿੱਕਾ ਚਾਹੀਦਾ ਹੈ। ਨਟ ਨੂੰ ਇੱਕ ਪਾਰਦਰਸ਼ੀ ਗੁਬਾਰੇ ਦੇ ਮੂੰਹ ਤੇ ਰੱਖ ਦਿਓ, ਫਿਰ ਉਸ ਵਿੱਚ ਹਵਾ ਭਰ ਕੇ ਉਸਦਾ ਮੂੰਹ ਬੰਨ ਦਿਓ। ਗੁਬਾਰੇ ਦੇ ਪਾਰਦਰਸ਼ੀ ਹੋਣ ਕਾਰਨ ਤੁਸੀਂ ਉਸ ਦੇ ਥੱਲੇ ਵਿੱਚ ਨਟ ਪਿਆ ਦੇਖ ਸਕਦੇ ਹੋ। ਹੁਣ ਗੁਬਾਰੇ ਨੂੰ ਘੁਮਾ ਦਿਓ। ਇਸ ਨਾਲ ਗੁਬਾਰੇ ਦੇ ਅੰਦਰ ਨਟ ਵੀ ਘੁੰਮਣ ਲੱਗ ਜਾਵੇਗਾ। ਘੁੰਮਦਾ ਹੋਇਆ ਨਟ ਬਹੁਤ ਹੀ ਖਤਰਨਾਕ ਆਵਾਜ਼ ਕੱਢੇਗਾ। ਹੁਣ ਨਟ ਦੀ ਜਗ੍ਹਾ ਗੁਬਾਰੇ ਦੇ ਅੰਦਰ ਇੱਕ ਗੋਲ ਸਿੱਕਾ ਰੱਖ ਦਿਓ। ਗੁਬਾਰੇ ਨੂੰ ਫੁਲਾਓ ਅਤੇ ਉਸਦਾ ਮੂੰਹ ਬੰਨ ਦਿਓ। ਇੱਕ ਵਾਰ ਫਿਰ ਤੋਂ ਗੁਬਾਰੇ ਨੂੰ ਘੁਮਾਓ। ਇਸ ਨਾਲ ਸਿੱਕਾ ਗੁਬਾਰੇ ਦੇ ਅੰਦਰ ਗੋਲ ਗੋਲ ਘੁੰਮਣ ਲੱਗ ਜਾਵੇਗਾ, ਜਿਵੇਂ ਕਿ ਮੌਤ ਦੇ ਖੂਹ ਵਿੱਚ ਹੁੰਦਾ ਹੈ। ਤੁਸੀਂ ਸਪਸ਼ਟ ਤੌਰ 'ਤੇ ਸਿੱਕੇ ਨੂੰ ਗੋਲ ਘੁੰਮਦੇ ਦੇਖ ਸਕਦੇ ਹੋ। ਚਾਹੇ ਤੁਸੀਂ ਗੁਬਾਰੇ ਨੂੰ ਥੋੜ੍ਹਾ ਟੇਢਾ ਵੀ ਕਰ ਦਿਓ, ਫਿਰ ਵੀ ਸਿੱਕਾ ਉਸੇ ਗੋਲਾਕਾਰ ਵਿੱਚ ਘੁੰਮਦਾ ਰਹੇਗਾ। ਸਿੱਕਾ ਗੋਲ ਹੋਣ ਦੇ ਕਾਰਨ ਕੋਈ ਵੀ ਆਵਾਜ਼ ਨਹੀਂ ਕਰੇਗਾ।